ਉੱਤੇ ਵੀਡੀਓ ਪਾਉਣੀ ਪਈ ਮਹਿੰਗੀ। ਪ੍ਰੋਡਿਊਸਰ DXS ਤੇ ਮਾਮਲਾ ਦਰਜ। ਨਿਊਜ਼ਲਾਈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਲਗਾਤਾਰ ਘਟ ਰਹੇ ਪਾਣੀ ਦੇ ਪੱਧਰ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਸੀ ਕਿ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਇਆ ਜਾਵੇ, ਨਹੀਂ ਤਾਂ ਉਹਨਾਂ ਦਾ ਝੋਨਾ ਵਾਹ ਦਿੱਤਾ ਜਾਵੇਗਾ। ਪਰ ਕਿਸਾਨ ਕਹਿ ਰਹੇ ਹਨ ਕਿ ਫਿਰ ਕਟਾਈ ਟਾਈਮ ਕਿਸਾਨਾਂ ਦਾ ਝੋਨਾ ਗਿੱਲਾ ਰਹਿ ਜਾਵੇਗਾ ਅਤੇ ਇਸ ਕਰਕੇ ਫਿਰ ਸਰਕਾਰ ਉਹਨਾਂ ਨੂੰ ਕਹੇਗੀ ਕਿ ਝੋਨੇ ਨੂੰ ਸੁਕਾ ਕੇ ਲਿਆਂਦਾ ਜਾਵੇ। ਇਸ ਦੇ ਸੰਬੰਧ ਵਿੱਚ ਕਿਸਾਨਾਂ ਨੇ ਵੱਖ ਵੱਖ ਥਾਵਾਂ 'ਤੇ ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਤਾਂ ਕਿ ਉਹਨਾਂ ਨੂੰ 20 ਤਰੀਕ ਤੋਂ ਪਹਿਲਾਂ ਝੋਨਾ ਲਾਉਣ ਦੀ ਆਗਿਆ ਦਿੱਤੀ ਜਾਵੇ। ਅਤੇ ਉੱਥੇ ਹੀ ਕੁਝ ਦਿਨਾਂ ਤੋਂ YouTube ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਖੇਤੀਬਾੜੀ ਮਹਿਕਮੇ ਦੇ ਹੋਸ਼ ਉਡਾ ਦਿੱਤੇ ਹਨ। ਵੀਡੀਓ ਵਿੱਚ ਝੋਨਾ ਲਗਾਉਣ ਤੋਂ ਪਹਿਲਾਂ ਰੋਕਣ ਆਏ ਖੇਤੀਬਾੜੀ ਅਫਸਰ ਦੀ ਕੁੱਟਮਾਰ ਨੂੰ ਦਿਖਾਇਆ ਗਿਆ ਹੈ, ਜਿਸ ਕਰਕੇ ਖੇਤੀਬਾੜੀ ਅਫਸਰਾਂ ਦਾ ਪੁਲਿਸ ਨੂੰ ਕਹਿਣਾ ਹੈ ਕਿ ਇਹ ਵੀਡੀਓ ਬਣਾਉਣ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਖੀਰ ਦੇਖਦੇ ਹਾਂ ਕਿ ਇਸ ਵੀਡੀਓ ਵਿੱਚ ਅਜਿਹਾ ਕੀ ਹੈ। ਹਾਂਜੀ, ਖੇਤੀਬਾੜੀ ਮਹਿਕਮੇ 'ਚੋਂ ਬੋਲਦੇ ਹਾਂ ਜੀ। ਹਾਂਜੀ ਹਾਂ, ਕੋਟਦੋਨਾ ਤੋਂ ਬੋਲਦੇ ਹਾਂ, ਜ਼ਿਲ੍ਹਾ ਸੰਗਰੂਰ ਜੀ। ਆਹ ਸਾਡੇ ਪਿੰਡ ਜੀਰੀ ਲਾਈ ਜਾਂਦੇ ਨੇ ਜੀ। ਹਾਂਜੀ, ਤੁਸੀਂ ਤਾਂ 20 ਜੂਨ ਨੂੰ ਗਏ ਤਾਂ 10 ਨੂੰ ਹੀ ਲੱਗੇ ਪਏ ਨੇ ਜੀ। ਪਿਛਲੀ ਵਾਰ ਸਾਡੀ ਤੋਰੀ ਵਾਹ ਗਏ ਸੀ। ਹਾਂਜੀ ਹਾਂ, ਖੇਤੀ ਮੌਕਾ ਦੇਖੋ ਜੀ, ਦੋ ਤਿੰਨ ਕਿੱਲੀ ਰਹਿ ਗਈ ਜੀ। ਹਾਂਜੀ ਹਾਂ, ਪ੍ਰੋਡਿਊਸਰ ਕੇ ਵੱਜਦੇ ਨੇ ਜੀ, ਆਪਣੇ ਕੋਠਿਆਂ 'ਚ ਲਾਈ ਜਾਂਦੇ ਨੇ। ਹਾਂਜੀ ਹਾਂ, ਠੀਕ ਆ ਜਾਓ ਜੀ। ਬਾਪੂ ਹਟ ਜੀ ਨੇ ਆਈ ਯਾਰ, ਭੱਜ ਕੇ ਆਈ ਯਾਰ, ਕਰੀ ਗੱਲ। ਜਿਹੜੀ ਇਹ ਫਿਲਮ ਵਾਇਰਲ ਕੀਤੀ ਹੈਗੀ ਕਿਸਾਨ ਮਤਲਬ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਕੁੱਟਮਾਰ ਦੇ ਸੰਬੰਧ 'ਚ, ਉਹ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗ ਗਿਆ ਵੀ ਉਹ ਕੋਟਦੋਨੇ ਦੇ ਹਰਿੰਦਰ ਸਿੰਘ ਵਗੈਰਾ ਨੇ ਪਾਈ ਹੈਗੀ ਅਤੇ ਉਹ ਮੰਨੇ ਵੀ ਆ। ਉਹ ਕਹਿੰਦੇ ਅਸੀਂ ਤਾਂ ਕਮੇਟੀ ਕੀਤੀ ਆ। ਮੈਂ ਉਹਨਾਂ ਨੂੰ ਕਿਹਾ ਵੀ ਇਹ ਕਮੇਟੀ ਵਾਲੀ ਕੋਈ ਗੱਲ ਨਹੀਂ, ਇਹ ਸਰਕਾਰ ਦੀ ਪ੍ਰਸ਼ਾਸਨ ਦੀ ਅਤੇ ਖੇਤੀਬਾੜੀ ਵਿਭਾਗ ਦਾ ਮੌਜੂ ਉਡਾਉਣ ਵਾਲੀ ਗੱਲ ਹੈਗੀ, ਅਤੇ ਇਸ ਦੇ ਬਰਖਿਲਾਫ ਅਸੀਂ ਧਨੌਲੇ
ਸਿਟੀ ਥਾਣੇ ਦੇ ਵਿੱਚ ਕੰਪਲੇਂਟ ਵੀ ਦਰਜ। ਇਹ ਨੌਜਵਾਨ ਸੰਗਰੂਰ ਜ਼ਿਲ੍ਹੇ ਤੋਂ ਕੋਟਦੂਨਾ ਪਿੰਡ ਦੇ ਰਹਿਣ ਵਾਲੇ ਹਨ। ਇਹਨਾਂ ਦਾ ਕਹਿਣਾ ਹੈ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ, ਸਗੋਂ ਅਸੀਂ ਤਾਂ ਬਸ ਕਮੇਟੀ ਵੀਡੀਓ ਬਣਾਉਂਦੇ ਹਾਂ। ਹਾਂਜੀ, ਰੂਟਾਮੀਟਰ ਮਗਾਣਾ, ਰੂਟਾਮੀਟਰ ਦਾ ਜੀਰੀ ਵਧੀਆ ਵੱਜੂਗੀ। ਨਾ ਨਾ ਇਹ ਘਰੇ ਜਾਂਦੇ ਆ ਜੀ ਸਾਹਿਬ, ਆਪਣੇ 25 ਮਿੰਟ ਦਾ ਰਿਕਾਰਡ ਤਾਂ ਕੱਦੂ ਦੇ ਵਿੱਚ ਹੈ ਜੀ। ਨਾਲ ਨਾ ਮਿੱਤਰਾਂ ਰਿਕਾਰਡ ਕਢਾਓ ਕੇ ਯਾਰਾ ਘਰੇ ਚੱਲਦੇ ਆ। ਨਾ ਨਾ ਰਿਕਾਰਡ ਲੱਭ ਕੇ ਦੇ ਦਿੰਦੇ ਜੀ ਅੱਜ। ਨਾ ਨਾ ਜੀ ਬਸ ਜੀ, ਭਾਈ ਸਾਨੂੰ ਨਿਵਾਤ ਦੋ ਹਨਾ। ਆ ਜਾ ਘਰੇ ਜਾ ਕਢਾਵਾਂਗੇ ਭੈਣ ਦਾ। ਨਿਵਾਤ ਨਾ ਤੁਸੀਂ ਭੈਣ ਦਾ ਆਪ ਦੇਖੋ ਜੀ। ਅਸੀਂ ਵੀਡੀਓ 2016 ਤੋਂ ਬਣਾਉਂਦੇ ਆ ਰਹੇ ਹਾਂ। ਸਾਡਾ ਯੂਟਿਊਬ 'ਤੇ ਚੈਨਲ ਹੈ ਪ੍ਰੋਡਿਊਸਰ DXX, ਅਸੀਂ ਫੇਸਬੁੱਕ 'ਤੇ ਵੀ ਪੇਜ ਆ ਪ੍ਰੋਡਿਊਸਰ DXX ਨਾਮ 'ਤੇ। ਅਸੀਂ ਪਹਿਲਾਂ ਵੀ ਕਿਸਾਨਾਂ ਦੇ ਹੱਕ ਦੀਆਂ ਵੀਡੀਓ ਬਣਾਉਂਦੇ ਆ ਰਹੇ ਹਾਂ, ਫਨੀ ਵੀਡੀਓ ਬਣਾਈਆਂ, ਕਮੇਡੀ ਵੀਡੀਓ ਵੀ ਬਣਾਈਆਂ ਨੇ ਅਸੀਂ। ਅਤੇ ਹੁਣ ਮਤਲਬ ਕਿ ਜਿਵੇਂ ਮੌਸਮ ਚੱਲ ਰਿਹਾ ਸੀ, ਝੋਨੇ ਵਾਲਾ ਸੀਜ਼ਨ ਸੀਗਾ ਝੋਨਾ ਲਗਾਉਣ ਵਾਲਾ, ਅਤੇ ਸਾਡੇ ਪਿੰਡ ਦੇ ਕਿਸਾਨ ਭਰਾਵਾਂ ਨੇ ਕਿਹਾ ਕਿ ਤੁਸੀਂ ਪਹਿਲਾਂ ਬੜੀਆਂ ਵੀਡੀਓ ਬਣਾਈਆਂ ਨੇ, ਤੁਸੀਂ ਹੁਣ ਕਿਸਾਨਾਂ ਦੇ ਹੱਕ 'ਚ ਕੋਈ ਵੀਡੀਓ ਬਣਾ ਦਿਉ। ਅਸੀਂ ਫਿਰ ਇਹ ਝੋਨੇ ਰਿਲੇਟਡ ਇਹ ਵੀਡੀਓ ਬਣਾਈ ਸੀ। ਦੇਖੋ ਸਾਡਾ ਕੰਮ ਆ ਵੀਡੀਓ ਬਣਾਉਣਾ ਜੀ। ਅਸੀਂ ਕੋਈ ਕਿਸੇ ਅਫਸਰ ਨੂੰ ਮਤਲਬ ਕਿ ਦਿਲ ਨੂੰ ਠੇਸ ਨਹੀਂ ਪਹੁੰਚਾਈ, ਅਸੀਂ ਮਤਲਬ ਕਿ ਕੋਈ ਅਸੀਂ ਓਰਿਜਨਲ ਅਫਸਰ ਨਹੀਂ ਦਿੱਤਾ। ਅਸੀਂ ਮਤਲਬ ਕਿ ਫੇਕ ਵੀਡੀਓ ਅਸੀਂ ਪਹਿਲਾਂ ਸਟਾਰਟਿੰਗ 'ਤੇ ਬਣਾਉਂਦੇ ਆ ਰਹੇ ਹਾਂ। ਇਹਦੇ ਵਿੱਚ ਅਸੀਂ ਆਪਣੇ ਮੁੰਡਿਆਂ ਨੂੰ ਹੀ ਮਤਲਬ ਕਿ ਅਫਸਰ ਦਾ ਰੂਪ ਦਿੱਤਾ ਅਤੇ ਮਤਲਬ ਕਿ ਇੱਦਾਂ ਦੀ ਵੀਡੀਓ ਬਣਾਈ। ਸਾਡਾ ਕੋਈ ਮੇਨ ਮਕਸਦ ਨਹੀਂ ਸੀ ਕਿ ਅਸੀਂ ਖੇਤੀਬਾੜੀ ਮਹਿਕਮੇ ਵਾਲਿਆਂ ਦੇ ਮਤਲਬ ਕਿ ਲਾ ਕੇ ਗੱਲ ਕਰੀ ਹੋਵੇ ਜਾਂ ਉਹਨਾਂ ਨੂੰ ਮਤਲਬ ਕਿ ਠੇਸ ਪਹੁੰਚਾਈ ਹੋਵੇ। ਇਹ ਅਸੀਂ ਮਤਲਬ ਕਿ ਆਪਣੀ ਮਤਲਬ ਕਿ ਸਾਡਾ ਕੰਮ ਹੀ ਇੱਦਾਂ ਦਾ ਕਿ ਵੀਡੀਓ ਬਣਾਉਣ ਵਾਲਾ ਕੰਮ ਅਸੀਂ ਮਤਲਬ ਕਿ ਸਟਾਰਟਿੰਗ ਤੋਂ ਕਰਦੇ ਆ ਰਹੇ ਹਾਂ। ਇਹ ਸਾਡੇ ਮਤਲਬ ਕਿ ਕਿਸਾਨਾਂ ਦੇ ਮਤਲਬ ਕਿ ਜਿਹੜਾ ਝੋਨੇ ਦਾ ਕੰਮ ਚੱਲ ਰਿਹਾ ਸੀਗਾ ਉਹਦੇ ਰਿਲੇਟਡ ਵੀਡੀਓ ਬਣਾਉਣ ਦਾ ਕੰਮ ਸੀ। ਸਾਨੂੰ ਕੋਈ ਇਹਨਾਂ ਦਾ ਮਤਲਬ ਕਿ ਖੇਤੀਬਾੜੀ ਮਹਿਕਮੇ ਨੂੰ ਠੇਸ ਨਹੀਂ। ਦਰਅਸਲ ਇਹਨਾਂ ਨੌਜਵਾਨਾਂ ਦਾ ਯੂਟਿਊਬ 'ਤੇ ਇੱਕ ਚੈਨਲ ਹੈ ਜਿੱਥੇ ਕਾਫੀ ਸਮੇਂ ਤੋਂ ਵੀਡੀਓਜ਼ ਪਾ ਕੇ ਲੋਕਾਂ ਦਾ ਐਂਟਰਟੇਨਮੈਂਟ ਕਰ ਰਹੇ ਹਨ। ਉੱਥੇ ਹੀ ਖੇਤੀਬਾੜੀ ਵਿਭਾਗ ਦੇ ਅਫਸਰਾਂ ਦਾ ਕਹਿਣਾ ਹੈ ਕਿ ਇਹ ਇੱਕ ਭੜਕਾਊ ਵੀਡੀਓ ਹੈ ਅਤੇ ਇਹਨਾਂ ਨੌਜਵਾਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਅਤੇ ਇਸ ਦੇ ਸੰਬੰਧ ਵਿੱਚ ਉਹਨਾਂ ਨੇ ਥਾਣਾ ਧਨੌਲਾ ਵਿੱਚ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਖਬਰ ਵਿੱਚ ਇੰਨਾ ਹੀ। ਹੋਰ ਤਾਜ਼ਾਤਰੀਨ ਖਬਰਾਂ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤੁਹਾਡਾ ਇਹਦਾ ਦਿਨ ਸ਼ੁਭ ਰਹੇ। ਧੰਨਵਾਦ।